ਹੈਲੋ ਦੋਸਤੋ ਜਿੱਦਾਂ ਕਿ ਸਾਰਿਆਂ ਨੂੰ ਪਤਾ ਹੈ ਕਿ ਕਲਰਕ ਦੀ ਵੈਕੈਂਸੀਆਂ ਆਈਆਂ ਸੀ ਪੀਟ੍ਰ ਪਲੱਸ ਬੀ ਦੇ ਅੰਦਰ ਤੇ ਦੱਸਿਆ ਵੀ ਗਿਆ ਸੀ ਕਿ ਦਸੰਬਰ ਦੇ ਵਿੱਚ ਤੁਹਾਡਾ ਪੇਪਰ ਹੋ ਜਾਣਾ ਜੀ ਤੇ ਅੱਜ ਨੋਟੀਫਿਕੇਸ਼ਨ ਆ ਗਿਆ ਜੀ ਐਗਜ਼ਾਮ ਦੀ ਡੇਟ ਬਾਰੇ ਤੇ ਕਲਰਕ ਦੇ ਜਿਹੜਾ ਪੇਪਰ ਹੋ ਰਿਹਾ ਜੀ ਜਿਹੜਾ ਕਲਰਕ ਆਈਟੀ ਤੇ ਕਲਰਕ ਲੇਖਾ ਦਾ ਪੇਪਰ ਹੈ ਜੀ ਮਤਲਬ ਕਿ ਅਕਾਊਂਟ ਦਾ ਤੇ ਕਲਰਕ ਆਈਟੀ ਦਾ ਪੇਪਰ 11 ਤਰੀਕ ਨੂੰ ਪੇਪਰ ਹੋਣਾ ਜੀ ਤੇ ਜਿਹੜੇ ਕਲਰਕ ਦੂਜੇ ਨੇ ਜੀ 17 ਐਡਵਰਟਾਈਜ਼ਮੈਂਟ ਵਾਲੇ ਜੀ ਉਹਦਾ ਪੇਪਰ ਹੈਗਾ 12 ਨੂੰ ਠੀਕ ਹੈ ਜੀ ਬਾਕੀ ਉਹਨਾਂ ਦੱਸਿਆ ਕਿ ਜਿਹੜਾ ਰੋਲ ਨੰਬਰ ਦੀ ਪ੍ਰੀਖਿਆ ਕੇਂਦਰ ਦੀ ਜਾਣਕਾਰੀ ਆ ਜੀ ਜਿਹੜਾ ਐਡਮਿਟ ਕਾਰਡ ਵਗੈਰਾ ਵਾ ਉਹ ਇਹਨਾਂ ਦੀ ਵੈਬਸਾਈਟ ਤੇ ਆ ਜਾਊਗਾ ਜੀ ਪੀਟਰ ਪੀਟਰ ਪਲੱਸ ਬੀ ਦੀ ਸਾਈਟ ਤੇ ਤੇ ਤੁਸੀਂ ਚੈੱਕ ਕਰਦੇ ਹੋਇਓ ਜੀ ਤੇ ਪੇਪਰ ਤੋਂ 10 ਦਿਨ ਪਹਿਲਾਂ ਜਾਂ 5-6 ਦਿਨ ਪਹਿਲਾਂ ਆ ਜਾਂਦਾ ਦਾ ਇਨਫੋਰਮੇਸ਼ਨ ਤੇ 2-3 ਦਿਨ ਪਹਿਲਾਂ ਹੀ ਆਪਣਾ ਸੈਂਟਰ ਦੀ ਇਨਫੋਰਮੇਸ਼ਨ ਮਿਲਣੀ ਆ ਤੇ ਜਿਆਦਾ ਦੂਰ ਸੈਂਟਰ ਵਗੈਰਾ ਨਹੀਂ ਬਣਨੇ ਕਿਉਂਕਿ ਜਦੋਂ ਘੱਟ ਸਟੱਡ ਹੁੰਦੇ ਆ ਸਟੂਡੈਂਟ ਉਦੋਂ ਹੀ ਜਿਹੜਾ ਕੈਂਡੀਡੇਟ ਹੈ ਉਦੋਂ ਹੀ ਚੰਡੀਗੜ੍ਹ ਵਗੈਰਾ ਇਧਰ ਬੰਦਾ ਵਾ ਸੈਂਟਰ ਜਦੋਂ ਜਾਦੇ ਹੋਣ ਤਾਂ ਅੰਮ੍ਰਿਤਸਰ ਜਲੰਧਰ ਲਾਗੇ ਲਾਗੇ ਬੰਦੇ ਆ ਜਿੱਦਾਂ ਤੁਹਾਡੇ ਡਿਸਟ੍ਰਿਕਟ ਜਿਹੜੀ ਵੀ ਹੋਊਗੀ ਉਹਨਾਂ ਦੇ ਲਾਗੇ ਲਾਗੇ ਬੰਦੇ ਨੇ ਤੇ ਬਾਕੀ ਜਿਨ੍ਹਾਂ ਨੇ ਅਪਲਾਈ ਕੀਤਾ ਜੀ ਤਿਆਰੀ ਰੱਖ ਲੋ ਜਲਦੀ ਤੁਹਾਡਾ ਪੇਪਰ ਆ ਜੀ ਤੇ ਥੋੜੇ ਜਿਹੇ ਰਹਿ ਗਏ ਆ ਤੇ 14-15 ਦਿਨ ਹੀ ਰਹਿ ਗਏ ਨੇ ਤੇ ਆਪਣੀ ਤਿਆਰੀ ਰੱਜ ਕੇ ਕਰੋ ਜੀ ਤੇ ਜਲਦੀ ਤੁਹਾਡਾ ਆਮਨਿਕ ਟੈਸਟ ਵਗੈਰਾ ਹੋ ਜਾਣਾ ਕਿਉਂਕਿ ਜੁਆਇਨਿੰਗ ਲੈਟਰ ਵੀ ਜਲਦੀ ਮਿਲ ਜਾਣੀ ਕਿਉਂਕਿ ਹੁਣ ਤੁਹਾਨੂੰ ਪਤਾ ਹੈ ਕਿ ਚੋਣਾਂ ਦਾ ਦੌਰ ਹੈਗਾ ਵਾ ਤੇ ਇਹਨਾਂ ਨਾਲ ਸਾਰਾ ਕੁਝ ਜਲਦੀ-ਲਦੀ ਕਰਨਾ ਵਾ ਤੇ ਆਪਣੀ ਤਿਆਰੀ ਰੱਖੋ ਜੀ ਤੇ ਬੈਸਟ ਹੋਲਕ ਸਾਰਿਆਂ ਨੂੰ ਤੇ ਡਟ ਕੇ ਮਿਹਨਤ ਕਰੋ ਸਾਰੇ ਆਨੇ